थोड़े जे ब्रेक तो बाद थोड़ा सारे का बहुत बहुत स्वागत है जी प्रोग्राम पिंडा विचों पिंड विच ते आज मैं अपने पिंड की सैर करा रहे हैं अजमेर सिद्धू जी। अच्छा अजमेर जी तुसी काफ़ी संस्थावां दे नाल भी जुड़े हो केड़ियां संस्थावां ने संस्थावां दे विच एक तो मैं काफ़ी लंबा समा जिहड़ा तरसी सोसाइटी दे विच काम किया ਉਹਦਾ ਮੇਨ ਮਕਸਦ ਸੀਗਾ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਵਿਗਿਆਨਕ ਬਣਾਉਣਾ ਉਹਦੇ ਲਈ ਅਸੀਂ ਪਿੰਡਾਂ ਦੇ ਵਿੱਚ ਬਹੁਤ ਸਮਾਗਮ ਕੀਤੇ ਆ ਜਿਹਦੇ ਵਿੱਚ ਨਾਟਕ ਵੀ ਹੁੰਦੇ ਸੀਗੇ ਜਾਦੂ ਦੇ ਸ਼ੋਅ ਵੀ ਹੁੰਦੇ ਸੀਗੇ ਅਤੇ ਲੋਕਾਂ ਨੂੰ ਦੱਸਿਆ ਜਾਂਦਾ ਸੀਗਾ ਵੀ ਇਹ ਜਿਹੜੇ ਇਹ ਵਹਿਮ ਹੈ ਇਹਨਾਂ ਨੂੰ ਵਿੱਚੋਂ ਆਪਾਂ ਕਿੱਦਾਂ ਨਿਕਲ ਸਕਦੇ ਹੈਗੇ ਇਹਦੇ ਪਿੱਛੇ ਜਿਹੜੀਆਂ ਕੋਈ ਚਮਤਕਾਰ ਵਾਪਰਦੇ ਆ ਉਹਨਾਂ ਪਿੱਛੇ ਵਿਗਿਆਨਕ ਕਾਰਨ ਕੀ ਹੁੰਦੇ ਆ ਉਹਦੇ ਲਈ ਮੇਰੀ ਇੱਕ ਕਿਤਾਬ ਵੀ ਹੈ ਚਮਤਕਾਰਾਂ ਦੀ ਦੁਨੀਆ ਉਹਦੋਂ ਬਿਨਾਂ ਜਿੰਨੀਆਂ ਸਾਡੀਆਂ ਸਾਹਿਤ ਸਭਾਵਾਂ ਨੇ ਉਹਦੇ ਵਿੱਚ ਵੀ ਮੈਂ ਕੰਮ ਕਰਦਾ ਹਾਂ ਜਿਵੇਂ ਕੇਂਦਰੀ ਲਿਖਾਰੀ ਸਭਾ ਆ ਜਾਂ ਸਾਡੀ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਆ ਅਤੇ ਲੋਕਲ ਲੈਵਲ 'ਤੇ ਦੁਆਬਾ ਸਾਹਿਤ ਸਭਾ ਆ ਉਹਦੇ ਵਿੱਚ ਮੈਂ ਕੰਮ ਕਰਦਾ ਜਿਵੇਂ ਪਿੰਡਾਂ ਦੇ ਵਿੱਚ ਕੋਈ ਮੇਰਾ ਥੋੜ੍ਹਾ ਖੇਡ ਜਿਹੜੀ ਆ ਖਾਸ ਤੌਰ 'ਤੇ ਕਬੱਡੀ ਆ ਉਹਦੇ ਵਿੱਚ ਵੀ ਇੰਟਰਸਟ ਹੈਗਾ। ਅੱਛਾ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਪੰਜਾਬ 'ਚ ਵੀ ਅਤੇ ਬਾਹਰ ਵੀ ਅਤੇ ਸਭ ਤੋਂ ਜ਼ਿਆਦਾ ਖੁਸ਼ੀ ਕਿਹੜੀ ਟਰੋਫੀ ਕਿਹੜਾ ਮੈਡਲ ਦੇਖੋ ਮੈਨੂੰ ਉਹ ਰਾਸ਼ਟਰੀ ਪੱਧਰ ਦਾ ਪੁਰਸਕਾਰ ਮਿਲਿਆ ਸੀ ਭਾਰਤੀ ਭਾਸ਼ਾ ਪ੍ਰੀਤ ਕਲਕੱਤੇ ਵੱਲੋਂ ਯੁਵਾ ਪੁਰਸਕਾਰ ਇਵੇਂ ਮੇਰੀ ਜਿਹੜੀ ਪਹਿਲੀ ਕਿਤਾਬ ਆ ਕਹਾਣੀਆਂ ਦੀ ਨਚੀਕੇਤਾ ਦੀ ਮੌਤ ਉਹਨੂੰ ਭਾਈ ਵੀਰ ਸਿੰਘ ਗੱਲ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅਵਾਰਡ ਮਿਲਿਆ ਸੀਗਾ ਪਹਿਲੀ ਕਿਤਾਬ 'ਤੇ। ਇਵੇਂ ਮੈਨੂੰ ਪੰਜਾਬੀ ਸਾਹਿਤ ਅਕੈਡਮੀ ਜਿਹੜੀ ਲੁਧਿਆਣਾ ਆ ਉਹਨਾਂ ਵੱਲੋਂ ਵੀ ਸਰਦਾਰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਹੈ ਉਹ ਮਿਲਿਆ। ਪ੍ਰਿੰਸੀਪਲ ਸੁਜਾਨ ਸਿੰਘ ਅਵਾਰਡ ਹੈ ਗੁਰਦਾਸਪੁਰ ਤੋਂ ਮਿਲਿਆ। ਇਵੇਂ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਵੱਲੋਂ ਮੈਨੂੰ ਅਵਾਰਡ ਮਿਲੇ ਪਰ ਮੈਨੂੰ ਜ਼ਿਆਦਾ ਜਿਹੜੀ ਖੁਸ਼ੀ ਹੁੰਦੀ ਆ ਉਹ ਜਿਹੜਾ ਮੇਰੀ ਨਾ ਪਾਠਕ ਮੈਨੂੰ ਜ਼ਿਆਦਾ ਪੜ੍ਹਦੇ ਜਿਹੜੇ ਉਹ ਮੈਨੂੰ ਮਾਣ ਇੱਜ਼ਤ ਦਿੰਦੇ ਆ ਕਿਉਂਕਿ ਪੰਜਾਬੀ ਦੇ ਵਿੱਚ ਨਾ ਵੀ ਪਾਠਕਾਂ ਦੀ ਗਿਣਤੀ ਕਹਿੰਦੇ ਬੜੀ ਘੱਟ ਹੈ ਅਤੇ ਮੈਨੂੰ ਇੱਦਾਂ ਦੀ ਨਹੀਂ ਲੱਗੀ ਹੈਗੀ ਕਾਫ਼ੀ ਵੱਡੀ ਗਿਣਤੀ 'ਚ ਬਾਕੀਆਂ ਦੇ ਮੁਕਾਬਲੇ ਮਤਲਬ ਐਂ ਨਹੀਂ ਮੈਂ ਕਹਿੰਦਾ ਵੀ ਬਹੁਤ ਪਾਠਕ ਨੇ ਮੇਰੇ ਕੋਲ ਮਤਲਬ ਜਦੋਂ ਅੱਜ 250 ਕਿਤਾਬ ਛਪਦੀ ਆ ਉਸ ਵੇਲੇ ਆਪਣੀ ਜਿਹੜੀ ਆ ਉਹ 2000 ਤੋਂ ਸ਼ੁਰੂ ਹੁੰਦੀ ਕਿਤਾਬ ਅਤੇ ਉਹ ਜਦੋਂ ਪਾਠਕ ਕੋਈ ਮਾਣ ਸਨਮਾਨ ਦਿੰਦੇ ਕਿਸੇ ਵੀ ਢੰਗ ਨਾਲ ਭਾਵੇਂ 1 ਰੁਪਈਆ ਚੱਕ ਕੇ ਦੇ ਦਿੰਦੇ ਆ ਜਾਂ ਕੁਝ ਵੀ ਉਹ ਕਰਦੇ ਉਹ ਸੱਦਦੇ ਆ ਘਰਾਂ 'ਚ ਬੁਲਾਉਂਦੇ ਆ ਅੱਛੀ ਹੋ ਜਾਂਦੀ। ਅੱਛਾ ਜੋ ਵੀ ਲੋਕ ਤੁਹਾਨੂੰ ਪੜ੍ਹਦੇ ਨੇ ਤੁਹਾਡੀਆਂ ਕਿਤਾਬਾਂ ਖਰੀਦਦੇ ਨੇ ਪੜ੍ਹਦੇ ਨੇ ਅਤੇ ਉਹ ਤੁਹਾਨੂੰ ਮਿਲਦੇ ਵੀ ਹੋਣਗੇ ਤੁਹਾਡੇ ਨਾਲ ਸੰਪਰਕ ਵੀ ਕਰਦੇ ਹੋਣਗੇ ਅਤੇ ਤੁਹਾਡੇ ਅਕੋਰਡਿੰਗਲੀ ਤੁਹਾਡੀਆਂ ਕਹਾਣੀਆਂ ਪੜ੍ਹ ਕੇ ਕੀ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਵਿੱਚ ਕੋਈ ਬਦਲਾਵ ਆਇਆ? ਹਾਂਜੀ ਦੇਖੋ ਮੈਂ ਮੇਰੀ ਕਹਾਣੀ ਆ ਸ਼ਾਇਦ ਰਮੀ ਮੰਨ ਜਾਏ ਉਹ ਕੁੜੀਆਂ ਜਿਹੜੀਆਂ ਮੈਂ ਅੱਗੇ ਵੀ ਦੱਸਿਆ ਵੀ ਉਹ ਜਿਹੜੀਆਂ ਔਰਕੈਸਟਰੇ ਵਾਲੀਆਂ ਜਾਂ ਨਾਲ ਧੰਦਾ ਕਰਦੀਆਂ ਉਹਨਾਂ 'ਤੇ ਸੀ। ਮੈਂ ਇੱਕ ਵਾਰ ਬੱਸ ਸਟੈਂਡ ਦੇ ਕੋਲ ਖੜ੍ਹਾ ਅਤੇ ਇੱਕ ਔਰਤ ਆਈ ਮੈਨੂੰ ਕਹਿੰਦੀ ਤੂੰ ਅਜਮੇਰ ਸਿੱਧੂ ਆ? ਮੈਂ ਪਹਿਲਾਂ ਦੇਖਿਆ ਕੋਈ ਸਿਆਣੀ ਬਹੁਤ ਵਿਚਾਰੀ ਜਿੱਦਾਂ ਗਰੀਬ ਔਰਤ ਹੁੰਦੀ ਆ ਅਤੇ ਮੈਂ ਕਿਹਾ ਹਾਂ ਮੈਂ ਹੀ ਹਾਂ। ਮੈਨੂੰ ਕਹਿੰਦੀ ਤੂੰ ਉਹ ਕਹਾਣੀ ਲਿਖੀ ਉਹ ਸ਼ਾਇਦ ਰਮੀ ਮੰਨ ਜਾ। ਮੈਨੂੰ ਲੱਗਾ ਵੀ ਗੁੱਸੇ 'ਚ ਆ ਕਿਤੇ ਮੈਨੂੰ ਕੁੱਟੂਗੀ ਇਹ। ਮੈਂ ਪਹਿਲਾਂ ਮੁਕਰਨ ਲੱਗਾ ਪਰ ਮੇਰੇ ਮੂੰਹ 'ਚੋਂ ਹਾਂ ਕਿਹਾ ਹੋ ਗਿਆ ਅਤੇ ਮੈਂ ਉਹਨੂੰ ਜੱਫੀ ਪਾ ਲਈ। ਮੈਂ ਥੋੜ੍ਹਾ ਡਰ ਗਿਆ ਵੀ ਇੱਕ ਸ਼ਰਿਆਮ ਬਜਾ ਔਰਤ ਮੈਂ ਉਹ ਤਾਂ ਵਿਚਾਰੀ ਮੇਰੀ ਮਾਂ ਵਰਗੀ ਸੀ ਅਤੇ ਕਹਿੰਦੀ ਵੀ ਤੇਰੀ ਉਹ ਕਹਾਣੀ ਪੜ੍ਹੀ ਅਤੇ ਮੈਂ ਆਪਣੀ ਧੀ ਨੂੰ ਇਸ ਪਾਸੇ ਲਾਉਣਾ ਚਾਹੁੰਦੀ ਸੀਗੀ ਅਤੇ ਉਹ ਪੜ੍ਹ ਕੇ ਮੈਂ ਵੀ ਫੈਸਲਾ ਕੀਤਾ ਵੀ ਜੇ ਸਾਡੇ ਘਰਾਂ 'ਚ ਗਰੀਬੀ ਆ ਭੁੱਖਮਰੀ ਆ ਵੀ ਕੀ ਹੁਣ ਅਸੀਂ ਧੀਆਂ ਨੂੰ ਧੰਦਾ ਕਰਨ ਲੱਗ ਦੀ ਦੇ ਵਪਾਰ ਕਰਨਾ ਸ਼ੁਰੂ ਕਰ ਦਿੱਤੀ ਅਤੇ ਕਹਿੰਦੀ ਮੈਂ ਰੋ। ਅੱਛਾ ਹੁਣ ਤੁਹਾਡੇ ਕੋਲ ਕਿੰਨਾ ਸਾਰਾ ਮਟੀਰੀਅਲ ਹੈ ਹੈ ਨਾ ਕਿਉਂਕਿ ਤੁਸੀਂ ਲੇਖਕ ਹੋ ਬਹੁਤ ਸੋਹਣਾ ਤੁਸੀਂ ਲਿਖਦੇ ਹੋ ਅਤੇ ਕਿੰਨੀਆਂ ਕੁ ਕਹਾਣੀਆਂ ਹਾਲੇ ਲਿਖੀਆਂ ਹੋਈਆਂ ਪਈਆਂ ਜਿਹੜੀਆਂ ਹਾਲੇ ਪਬਲਿਸ਼ ਨਹੀਂ ਹੋਈਆਂ? ਦੇਖੋ ਮੈਂ ਹੁਣੇ ਮੇਰੀ ਨਵੀਂ ਕਿਤਾਬ ਕਹਾਣੀ ਦੀ ਆਈ ਆ ਖੁਸ਼ ਕੱਖ ਦਾ ਖਾਬ ਅਤੇ ਮੇਰੇ ਕੋਲ ਲਗਭਗ ਉਹ 'ਚ ਮੈਂ 8 ਕਹਾਣੀਆਂ ਸ਼ਾਮਿਲ ਕਰ ਲਈਆਂ। ਉਦੋਂ ਬਾਅਦ ਮੈਂ 2 ਕਹਾਣੀਆਂ ਮੇਰੀਆਂ ਹੋਰ ਛਪੀਆਂ ਅਤੇ 3-4 ਕਹਾਣੀਆਂ ਜਿਹੜੀਆਂ ਉਹ ਅਣਛਪੀਆਂ ਵੀ ਹੈਗੀਆਂ ਅਤੇ ਅਜੇ ਪੂਰੀ ਤਰ੍ਹਾਂ ਮਤਲਬ ਕੱਚੀਆਂ ਨੇ ਤਿਆਰ ਨਹੀਂ ਹੈਗੀਆਂ। ਅੱਛਾ ਹੁਣ ਮੀਡੀਆ ਪਿਕਚਰਾਂ ਫਿਲਮਾਂ ਵੱਲ ਜਾਣ ਦਾ ਇਰਾਦਾ ਕਿ ਉਹਨਾਂ ਲਈ ਕਹਾਣੀਆਂ ਲਿਖੀਏ? ਨਹੀਂ ਮੈਂ ਇੱਦਾਂ ਕਦੇ ਸੋਚਿਆ ਨਹੀਂ ਹੈਗਾ ਅਤੇ ਪਰ ਜੇ ਕੋਈ ਕਿਸੇ ਕੋਈ ਪਹੁੰਚ ਕਰਦਾ ਆਪਣੇ ਤੱਕ ਤਾਂ ਆਪਾਂ ਮਤਲਬ ਹਾਜ਼ਰ ਹੈ। ਅਤੇ ਤੁਸੀਂ ਵੇਖਦੇ ਹੋ ਪੰਜਾਬੀ ਫਿਲਮਾਂ ਅੱਜ ਕੱਲ੍ਹ? ਹਾਂਜੀ ਹਾਂਜੀ ਪੰਜਾਬੀ ਫਿਲਮਾਂ ਅੱਗੇ ਨਾਲੋਂ ਅੱਛੀਆਂ ਆ ਰਹੀਆਂ। ਜਦੋਂ ਪਹਿਲਾਂ ਟ੍ਰੈਂਡ ਹੁੰਦਾ ਸੀ ਪੰਜਾਬੀ ਫਿਲਮਾਂ ਬਹੁਤ ਮਾੜੀਆਂ ਹੁੰਦੀਆਂ ਸੀਗੀਆਂ ਪਰ ਹੁਣ ਸੋਹਣੀਆਂ ਫਿਲਮਾਂ ਆ ਰਹੀਆਂ ਸਾਰੀਆਂ ਨਹੀਂ ਮਤਲਬ ਕੁਝ ਗਿਣਵੀਆਂ ਚੱਲ ਰਹੀਆਂ ਜ਼ਿਆਦਾਤਰ ਕਾਮੇਡੀ ਮੂਵੀਜ਼ ਦਾ ਦੌਰ ਇੱਕ ਵਾਰ ਚੱਲਿਆ ਹਾਂਜੀ। ਤੁਸੀਂ ਸਾਰੀਆਂ ਫਿਲਮਾਂ ਦੇਖਦੇ ਹੋ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇੰਟਰਸਟ ਹੈਗਾ ਪੰਜਾਬੀ ਫਿਲਮਾਂ ਵੇਖਣ ਦਾ? ਹਾਂ ਹਾਂ ਸਾਡਾ ਦੇਖੋ ਅਸੀਂ ਹੈ ਹੀ ਪੰਜਾਬੀ ਹਾਂ ਅਸੀਂ ਨਹੀਂ ਇੱਦਾਂ ਦੀ ਕੋਈ ਕੰਡੀਸ਼ਨ ਕਦੇ ਵੀ ਲਾਈ ਹੈਗੀ ਵੀ ਬੱਚੇ ਆਹ ਨਾ ਵੇਖਣ ਉਹ ਨਾ ਵੇਖਣ। ਹਾਂ ਇਹ ਹੈਗਾ ਚੰਗਾ ਮਾੜੇ ਦਾ ਹੋ ਸਕਦਾ ਹੈ ਵੀ ਬੱਚਿਆਂ ਨੂੰ ਕਿਹੜੀ ਚੀਜ਼ ਵਿਖਾਉਣੀ ਕਿਹੜੀ ਨਹੀਂ ਵਿਖਾਉਣੀ ਹੈ ਅਤੇ ਪੰਜਾਬੀ ਤਾਂ ਸਾਡੀ ਮਾਂ ਬੋਲੀ ਆ ਜੇ ਅਸੀਂ ਉਹਦੀਆਂ ਫਿਲਮਾਂ ਨਹੀਂ ਵਿਖਾਵਾਂਗੇ ਉਹਦਾ ਸਾਹਿਤ ਨਹੀਂ ਬਣਾਵਾਂਗੇ ਫਿਰ ਇਹ ਲੋਕਾਂ ਲਈ ਥੋੜ੍ਹਾ
अपने घर तो ही शुरू करांगे पहले। लाल सिंह दिल हुणी कहिंदे सी जिहड़ी गल तुसीं कहिंदे आ जे उह तुसीं नहीं लागू करूगा होर तुहाडा गुआंढी करूगा, मतलब असीं करांगे उह गल। अच्छा, कुछ बदलाव लैके आना चाहुंदे हो तुसीं इस इंडस्ट्री विच, अगर तुहानूं मौका दित्ता जावे कि कुछ बदलो? वो तो जे मेरे को मौका मिले तो फिर तो मैं अपने मुताबिक चलाऊंगा। तुहानूं की लगदा है अगर तुहानूं बाय चांस एक दिन दिता जावे कि तुसीं बदलो, एक मौका दिता जावे, सब तो पहली चीज की बदलने की कोशिश करोगे? देखो मैनूं ऐ लगदा वी जिहड़े लोकां दे मसले आ, लोकां दीआं समस्यावां आ, उह लैके आईए। एवीं नकलीपण जिहड़ा आ फिल्मां दे विच आउंदा, मैं उहदे खिलाफ। मैनूं ऐ लगदा वी मतलब ट्रुथ स्टोरीज जां जे, हां जी हां जी, उहनां नूं लैके आउंदा। साडी जिहड़ी पंजाबी दी कहाणी आ, नवीं पीढ़ी दी बहुत वधिया कहाणी लिखी जा रही आ। कोई चैनल उहदे उत्ते कोई नहीं कोई बना के एपीसोड कोई नहीं दिखा रहा, कोई होर उत्ते कोई फिल्म नहीं बनाई जा रही, है ना। तो इधर उधरों लिया लिया के धक्के दे नाल मतलब पंजाबियों ते ठोकी जा रहे ने। हुण मतलब हरभजन मान दी मैं फिल्मां वेखदा है, वो 1% लोगों दी फिल्मां होंदियां वी, लोग विदेशे नहीं जाना चाहते, साडा सारा दबदबा बाहर बैठा है और अज भी सारे जाण नूं तैयार ने। मेरे कहण दा तो यह है वी जिहड़े असल स्थिति आ असीं तां वह बयान करनी चाहुंदे आ। साहित्यकार अपनी रचना विच वी करदा, फिल्मां विच वी उही करांगे। साडे लई उह व्यापार नहीं, बिजनेस नहीं ना हैगा वी आपां मसाले वाला जिहड़ा सारा कुछ लैके आईए, ते जिहड़ियां क्लासिक रचनावां आ वी उहनां नूं लैके। अच्छा अजमेर जी, तुसी जान तो पहला साडे व्यूअर्स नूं की सुनेहा दिओगे? मैनू ऐ लगदा कि लोग बहुत सियाने आ, उहनां नूं आपां जिहड़ा सुनेहा नहीं मैं कोई दे सकदा हैगा। मैं तो सगों उहनां कोलों कुछ सिखदा आ, वह मैनू दसण, मेरिया रचनावां पढ़न, मेरिया कहानियां पढ़न, पढ़ के जे उहनां नूं लगदा किसी किस्म का भी उहनां विच आ माड़ा आ भी उहनूं मैं दूर कर सकां, तो इन्ना जरूर मैं कहांगा भी जिहड़ा समाज में चंगा वापर रहा उहनूं उह उत्साहित जरूर करन, उहनूं उस रचना नूं पढ़न भी जिहड़ा जिहड़ी रचना ना बीमार कर रही बंदे नूं, उहनूं ना पढ़न, उहनूं उत्साहित ना करन, चाहे वह फिल्मां आ, चाहे वह सीरीयल है, चाहे साडियां कहानियां। थैंक यू सो मच अजमेर जी, बहुत चंगा लग्या तो मुलाकात करके, टाइम कढ़िया, अपने पिंड की सैर कराई। थैंक यू सो मच, सत श्री अकाल। सो दोस्तों, ऐसी मुलाकात अजमेर सिद्धू जी के नाल। तुहानूं साडा अज दा एपीसोड किदां दा लग्या सानूं जरूर लिख के भेजना, तुहाडे सुझाव तुहाडा फीडबैक साडे लई बहुत इंपोर्टेंट है। साडा ईमेल आई डी है editorpunjabi@zeenetwork.com। अगली बार एक होर शख्सियत दे पिंड में